कृपा करे जिस पार ब्रह्म, कृपा करे जिस पार ब्रह्म, हो वै साधु संग, हो वै साधु संग, कृपा करे जिस पार ब्रह्म, हो वै साधु संग, ओ जिदे ते कृपा हो जे पार ब्रह्म दी। देखो पार ब्रह्म की कृपा होई ते की होया, किदा मिलाप होया, होवे साधु संग। तेरे जीवन दे विच इक साधु साधे होए जीवन वाला तेरे जीवन च आ जाए, गुरु भेज देंगे। कईयां नूं कहिंदे सुनिया, कहिंदे जी पहला जीवन सी टुटे हुए सन, टुटे हुए सन, पता ही नहीं सी अमृत वेला की, बाणी की, भजन की, सिमरन की, परोपकार की, सेवा की। आ जदों दा सत्संग च आना शुरू कीता, आ जदों दी सत्संग दीआं घड़ियां माणनियां शुरू कीता, जीना आ गया। आखो सतनाम जीना, एक कृपा दी निशानी है परमेश्वर दी, एक कृपा दी निशानी की होवै साधु संग, साधु संग। अगे तो कमाल ही करती, सुनो, ज्यों ज्यों ओ वधाई है, ज्यों ज्यों वधाई है, कहते ज्यों ज्यों उस साधु का संग वधाई जाएगा, ज्यों ज्यों ओदा संग वधाई जाएगा, ज्यों ज्यों ओ वधाई है, ज्यों ज्यों वधाई है, त्यों त्यों हर स्यो रंग, त्यों त्यों हर स्यो रंग, त्यों त्यों हर स्यो रंग, कहते ज्यों ज्यों ओ वधाई है, वधाई है, त्यों त्यों हर स्यो रंग, ज्यों ज्यों तेरी संगत वधदी जाएगी उस गुरमुख दे नाल, ज्यों ज्यों तेरी संगत वधदी जाएगी ना ਉਹ ਸੁਹਾਗਣ ਦੇ ਨਾਲ ਸੰਗਤ ਵਧਦੀ ਜਾਏਗੀ, ਕਹਿੰਦੇ ਤਿਉਂ ਤਿਉਂ ਪਰਮੇਸ਼ਰ ਦਾ ਰੰਗ ਤੇਰੇ ਤੇ ਚੜਦਾ ਜਾਏਗਾ, ਤਿਉਂ ਤਿਉਂ ਤੂੰ ਆਪਣੀ ਕੰਧ ਦੇ ਨੇੜੇ ਹੁੰਦੀ ਜਾਏਗੀ, ਕੰਧ ਦੇ ਨੇੜੇ। ਜਿਹੜਾ ਵਿਛੋੜਾ ਸੀ ਉਹ ਮਿਲਾਪ ਚ ਤਬਦੀਲ ਹੋਣਾ ਸ਼ੁਰੂ ਹੋ ਜਾਏਗਾ, ਜਿਹੜਾ ਅੰਦਰ ਸੁੱਕ ਚੁੱਕਾ ਸੀ ਉਹ ਖੇੜੇ ਚ ਆਉਣਾ ਸ਼ੁਰੂ ਹੋ ਜਾਏਗਾ। ਹਰ ਵੇਲੇ ਝੂਰਦੀ ਰਹਿੰਦੀ ਸੀ, ਦੁੱਖ ਆਇਆ ਕਲੇਸ਼ ਆਇਆ ਝੂਰਦੀ ਰਹੀ, ਹੁਣ ਭਾਵੇਂ ਦੁੱਖ ਹੈ, ਹੁਣ ਭਾਵੇਂ ਕਲੇਸ਼, ਫਿਰ ਵੀ ਅੰਦਰ ਖੇੜਾ, ਅੰਦਰ ਖੇੜਾ, ਖੇੜਾ ਸਵਾਦ ਆ ਗਿਆ। ਸਤਸੰਗ ਸਾਹਿਬ ਕਹਿੰਦੇ ਤਨ ਮਨ ਮੋਲਿਆ ਆਰਾਮ ਸਿਉ, ਤਨ ਮਨ ਮੋਲਿਆ ਆਰਾਮ ਸਿਉ, ਸੰਗ ਸਾਧ ਸਹੇੜੀਆਂ, ਸੰਗ ਸਾਧ ਸਹੇ, ਸੰਗ ਸਾਧ ਸਹੇਲੜੀਆਂ, ਸੰਗ ਸਾਧ ਸਹੇਲੜੀਆਂ। ਸਾਹਿਬ ਨੂੰ ਪੁੱਛਿਆ ਪਾਤਸ਼ਾਹ, ਇਹ ਤਾਂ ਉਹ ਹੋ ਗਏ ਜਿਨ੍ਹਾਂ ਨੇ ਸੰਗਤ ਕੀਤੀ ਇੱਕ ਸਾਧ ਦੀ, ਰੰਗੇ ਹੋਏ ਦੀ, ਉਹਨਾਂ ਤੇ ਕਿਰਪਾ ਹੋ ਗਈ ਸ਼ੁਰੂ, ਤਨ ਮਨ ਮੌਲ ਗਿਆ, ਖਿੜ ਗਿਆ। ਤੇ ਜਿਹੜੇ ਸਤ ਪੁਰਸ਼ ਦੀ ਸੰਗਤ ਤੋਂ ਦੂਰ ਰਹੇ, ਜਿਹੜੇ ਮੈਂ 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 ਕਰਦੇ ਰਹੇ, ਜਿਹੜੇ ਕਹਿੰਦੇ ਕਿਸੇ ਦੀ ਸੰਗਤ ਦੀ ਲੋੜ ਨਹੀਂ, ਜਿਹੜੇ ਸਾਧੂਆਂ ਦੀ ਸੰਗਤ ਤੋਂ ਦੂਰ, ਜਿਹੜੇ ਮਹਾਤਮਾ ਦੀ ਸੰਗਤ ਤੋਂ ਦੂਰ, ਜਿਹੜੇ ਗੁਰਸਿੱਖ ਪਿਆਰਿਆਂ ਦੀ ਸੰਗਤ ਤੋਂ ਦੂਰ, ਪਾਤਸ਼ਾਹ ਫਿਰ ਉਹਦੇ ਬਾਰੇ ਆਪ ਜੀ ਕੀ ਕਹਿੰਦੇ? ਸਾਹਿਬ ਕਹਿੰਦੇ ਉਹਦੇ ਵਾਸਤੇ ਸਾਧ ਜਨਾ ਤੇ ਬਾਹਰੀ, ਸਾਧ ਜਨਾ ਤੇ ਬਾਹਰੀ, ਸੇ ਰਹਿਣ ਇੱਕੇ ਲੜੀਆਂ, ਸੇ ਰਹਿਣ ਇੱਕੇ ਲੜੀਆਂ, ਕਹਿੰਦੇ ਸਾਧ ਜਨਾ ਤੇ ਬਾਹਰੀ, ਸੇ ਰਹਿਣ ਇੱਕੇ ਲੜੀਆਂ, ਉਹ ਕੱਲੀਆਂ ਹੀ ਰਹਿੰਦੀਆਂ ਨੇ, ਕੱਲੀਆਂ ਝੂਰਦੀਆਂ ਰਹਿੰਦੀਆਂ। ਆਪਾਂ ਕਈ ਵਾਰੀ ਇਕੱਠ ਚ ਬੈਠੇ ਹੋਈਏ,
ਅਰਧਾ ਸਰੀਰ ਬੈਠਿਆ, ਇੱਕ ਬੰਦਾ ਸਾਈਡ ਤੇ ਬੈਠਾ ਹੋਇਆ ਸਾਡੇ ਕਾਫਲੇ ਵਿੱਚੋਂ ਹੀ, ਮੰਨ ਲਓ ਸਾਈਡ ਤੇ ਬੈਠਾ, ਆਪਾਂ ਕੀ ਕਹਿੰਦੇ ਹਾਂ? ਉਹ ਕਿਉਂ ਸੜਿਆ ਬੈਠਾ ਹੈ? ਕਿਉਂ ਮੂੰਹ ਸੁਜਾ ਕੇ ਬੈਠਾ? ਇੱਧਰ ਕਿਉਂ ਇਕੱਲਾ ਬੈਠਾ ਹੋਇਆ? ਆਪਾਂ ਇੱਦਾਂ ਹੀ ਕਹਿੰਦੇ, ਕਿਉਂ ਇਕੱਲਾ ਸੜਿਆ ਬੈਠਾ? ਇੱਧਰ ਬੈਠ, ਸਾਡੇ ਵਿੱਚ ਹੱਸ ਖੇਡ ਲੈ ਥੋੜਾ ਜਿਹਾ ਤੂੰ ਵੀ। ਸਾਹਿਬ ਕਹਿੰਦੇ ਨੇ ਸਾਧ ਜਨਾ ਤੇ ਪਹਾੜੀ, ਸਾਧ ਜਨਾ ਤੇ ਪਹਾੜੀ, ਸੇ ਰਹਿਣ ਇੱਕ ਲੜੀਆਂ, ਮੰਨਣ ਲਈ ਤਿਆਰ ਨਹੀਂ ਕਰੂ। ਉਹ ਕਹਿੰਦੇ ਕੌਣ ਹੈ ਗੁਰਮੁਖ, ਕੌਣ ਹੈ ਸੰਤ, ਕੌਣ ਹੈ ਸਾਧੂ? ਅਸੀਂ ਨਹੀਂ ਮੰਨਦੀ, ਅਸੀਂ ਨਹੀਂ, ਅੱਜ ਤਾਂ ਖਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ, ਅਸੀਂ ਨਹੀਂ ਮੰਨਦੀਆਂ ਮੰਨਦੀਆਂ ਕਿਸੇ ਨੂੰ ਨਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੈਨੂੰ ਖੁਦ ਸਾਧੂਆਂ ਦੀ ਸੰਗਤ ਵਿੱਚ ਭੇਜਦੇ ਨੇ, ਆਖੋ ਸਤਨਾਮ, ਤੈਨੂੰ ਖੁਦ ਸਾਧੂਆਂ ਦਾ ਐਡਰੈਸ ਦੱਸਦੇ ਨੇ। ਖੁਦ ਸਾਹਿਬ ਕਹਿੰਦੇ ਨੇ, ਕਹਿੰਦੇ ਜਦ ਤੱਕ ਸਾਧੂਆਂ ਦੀ ਸੰਗਤ ਨਹੀਂ ਹੋਏਗੀ, ਸਾਧੇ ਦੇਖੋ ਸਾਧੂ ਚੋਲੇ ਦਾ ਨਾਮ ਨਹੀਂ, ਸਾਧੂ ਡੇਰੇ ਦਾ ਨਾਮ ਨਹੀਂ, ਸਾਧੂ ਜੀਵਨ ਦਾ ਨਾਮ। ਤੁਹਾਡੇ ਚੋਂ ਬੜੇ ਸਾਧੂ ਬੈਠੇ ਨੇ ਆ ਜਿਹੜੇ ਚੈਨਲਾਂ 'ਚ ਦੇਖ ਰਹੇ, ਬੜੇ ਸਾਧੂ ਬੈਠੇ ਤੁਹਾਡੇ ਚੋਂ, ਗ੍ਰਸਤੀ ਸਾਧੂ ਬੈਠੇ, ਅੰਮ੍ਰਿਤ ਵੇਲੇ ਜਾਗਣ ਵਾਲਾ, ਭਜਨ ਕਰਨ ਵਾਲਾ, ਨਿਤਨੇਮ ਕਰਨ ਵਾਲਾ, ਪਰਉਪਕਾਰੀ ਜੀਵਨ ਵਾਲਾ, ਦਇਆ ਰੱਖਣ ਵਾਲਾ, ਧਰਮ ਰੱਖਣ ਵਾਲਾ, ਜਤ ਸਤ ਰੱਖਣ ਵਾਲਾ, ਉਹ ਕੌਣ ਹੈ? ਸਾਧੂ ਹੀ ਹੈ ਨਾ, ਜਿਹਨੇ ਮਨ ਨੂੰ ਸਾਧਿਆ, ਸਾਧੂ ਹੀ ਹੈ, ਸਾਧੂ ਹੀ ਹੈ। ਜਦੋਂ ਸਾਧੂਆਂ ਦਾ ਨਾਮ ਆਉਂਦਾ, ਅਸੀਂ ਦੂਜੇ ਪਾਸੇ ਧਿਆਨ ਲੈ ਜਾਂਦੇ ਹਾਂ, ਨਹੀਂ ਜੀ ਨਹੀਂ, ਅਸੀਂ ਨਹੀਂ ਮੰਨਦੇ, ਅਸੀਂ ਕਿਸੇ ਨੂੰ ਨਹੀਂ ਮੰਨਦੇ, ਅਸੀਂ ਤਾਂ ਖਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ। ਮੰਨਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਹੈ ਭਾਈ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਸਾਡਾ ਕੋਈ ਵੀ ਨਹੀਂ, ਆਖੋ ਸਤਨਾਮ, ਕੋਈ ਵੀ। ਪਰ ਜਿਹੜਾ ਸਾਹਿਬ ਦੇ ਚਰਨਾਂ ਦੇ ਨਾਲ ਇਸ਼ਕ ਕੰਡ ਦੇਵੇ, ਜਿਉਣਾ ਸਿਖਾਵੇ ਸਾਰੀ ਜ਼ਿੰਦਗੀ, ਮੈਂ ਵੇਖਦਾ ਸਤਸੰਗ ਉਹਨਾਂ ਸਰੀਰਾਂ ਨੂੰ ਕਿੰਨੇ ਸਹਿਜ ਪਾਠ ਕਰ ਲਏ, ਕਿੰਨੀ ਬਾਣੀ ਪੜ ਲਈ, ਨਹੀਂ ਕਿਸੇ ਰੰਗੇ ਦਾ ਸੰਗ ਨਾ ਜੀਵਨ ਗਰਕ ਹੁੰਦਾ ਉਹਨਾਂ ਦਾ, ਬੋਲਣ ਦੀ ਤਹਿਜ਼ੀਬ ਨਹੀਂ ਹੁੰਦੀ ਉਹਨਾਂ ਦੀ, ਬੋਲਣ ਦਾ ਚੱਜ ਨਹੀਂ ਹੁੰਦਾ। ਇੰਨੀ ਬਾਣੀ ਪੜ ਕੇ ਵੀ ਮੈਂ ਕਈ ਐਸੇ ਸਰੀਰ ਵੇਖੇ, ਕਈ ਆਪਣੀ ਅੱਖੀ ਵੇਖੇ ਨੇ, ਕਈ ਐਸੇ ਸਰੀਰ ਇੰਨੀ ਬਾਣੀ ਪੜ ਕੇ ਵੀ ਬੋਲਣ ਦਾ ਚੱਜ ਨਹੀਂ, ਵਰਤਣ ਦਾ ਚੱਜ ਨਹੀਂ, ਤੁਰਨ ਦਾ ਚੱਜ ਨਹੀਂ, ਖਾਣ ਦਾ ਚੱਜ ਨਹੀਂ, ਜੀਵਨ ਵਿੱਚ ਵਿਚਰਨ ਦਾ ਚੱਜ ਨਹੀਂ। ਇਹ ਚੱਜ ਕੌਣ ਸਿਖਾਏਗਾ? ਇਹ ਚੱਜ ਉਹ ਸਿਖਾਏਗਾ ਜਿਹਨੇ ਆਪਣੇ ਸਾਈਂ ਨੂੰ ਪਾਇਆ ਹੋਇਆ, ਸਤਨਾਮ, ਜਿਹਨੇ ਆਪਣੇ ਸਾਈਂ ਨੂੰ ਪਾਇਆ ਹੋਇਆ। ਏਦਾਂ ਨਹੀਂ ਏਦਾਂ ਕਰਨਾ, ਏਦਾਂ ਨਹੀਂ ਏਦਾਂ ਕਰਨਾ, ਏਦਾਂ ਨਹੀਂ ਏਦਾਂ ਕਰਨਾ। ਬਹੁਤ ਪੁਰਾਣੀ ਗੱਲ ਹੈ, ਸੱਸ ਦਾਸ ਇੱਕ ਗਲਤੀ ਕਰ ਰਿਹਾ ਸੀ ਨਿਰੰਤਰ, ਇੱਕ ਗਲਤੀ ਕਈ ਸਾਲਾਂ ਤੋਂ ਬਿਲਕੁਲ ਨਿਰੰਤਰ ਹੋ ਰਹੀ ਸੀ, ਪਰ ਮੈਨੂੰ ਨਹੀਂ ਲੱਗਦਾ ਸੀ ਉਹ ਗਲਤੀ ਹੈ। ਕਈ ਵਾਰੀ ਤੁਸੀਂ ਗਲਤੀ ਕਰਦੇ ਹੁੰਦੇ ਹੋ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਮੈਂ ਗਲਤੀ ਕਰ ਰਿਹਾ, ਦੂਜਾ ਬੰਦਾ ਤੁਹਾਨੂੰ ਆ ਕੇ ਦੱਸਦਾ ਕਿ ਤੁਸੀਂ ਆਹ ਗਲਤੀ ਕਰ ਰਹੇ ਹੋ, ਪਹਿਲੇ ਤਾਂ ਤੁਸੀਂ ਗੁੱਸੇ 'ਚ ਆ ਜਾਓਗੇ, ਹੈ ਮੈਨੂੰ ਟੋਕਦਾ ਪਿਆ, ਮੇਰੀ ਬੇਇੱਜ਼ਤੀ ਕਰਦਾ, ਫਿਰ ਜਦੋਂ ਠੰਡੇ ਦਿਮਾਗ ਨਾਲ ਸੋਚੋਗੇ ਹਾਂ ਮੇਰੀ ਗਲਤੀ ਹੈ, ਨਹੀਂ ਕੋਈ ਦੱਸੇਗਾ ਤੇ ਨਹੀਂ ਪਤਾ ਲੱਗੇਗਾ। ਕਾਫੀ ਸਾਲ ਪਹਿਲੀ ਗੱਲ ਹੈ, ਮੈਂ ਲਗਾਤਾਰ ਇੱਕ ਨਿਰੰਤਰ ਗਲਤੀ ਕਰ ਰਿਹਾ ਸੀ, ਚਲੋ ਕੋਈ ਬਹੁਤ ਵੱਡੀ ਗਲਤੀ ਨਹੀਂ ਸੀ, ਸੀ ਗਲਤੀ, ਗਲਤੀ ਤਾਂ ਗਲਤੀ ਹੈ। ਮੇਰੇ ਸੱਤ ਪੁਰਸ਼ਾਂ ਨੂੰ ਪਤਾ ਲੱਗ ਗਿਆ ਉਹ ਗਲਤੀ ਹੈ। ਇਸ ਜੀਵਨ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਹੈ, ਜਦੋਂ ਸਤਿਪੁਰਸ਼ਾਂ ਨੂੰ ਪਤਾ ਲੱਗਾ, ਮਹਾਂਪੁਰਖਾਂ ਨੂੰ ਪਤਾ ਲੱਗਾ, ਭਾਈ ਸਾਹਿਬ ਨੂੰ ਪਤਾ ਲੱਗਾ, ਮੈਨੂੰ ਕੋਲ ਸੱਦ ਲਿਆ, ਕਹਿੰਦੇ ਤੂੰ ਏਦਾਂ ਕਰਦਾ, ਕਹਿੰਦੇ ਤੂੰ ਏਦਾਂ ਕਰਦਾ, ਮੈਂ ਕਿਹਾ ਜੀ ਏਦਾਂ ਕਰਦਾ,
बिल्कुल मैं स्पष्ट करता, मैं कह जी करता, क्योंकि मैनू लगता ही नहीं सी मैं गलती कर रहा, मैं कह जी करता। कहते देखता सही कि ना सीना चौड़ा करके बोली जाता करता। मैं क्या भाजी भी ये गलती, जो उन्होंने खुलासा किया ना वो गल का, ओए हो मैं इदा सिर से हाथ रखे, मैं कह तेरी किड्डी वड्डी गलती मेरे को निरंतर हो रही सी। कहिंदे इहदे च आ नुकसान है तेरा, आ नुकसान है तेरा, आ आत्मक नुकसान अंदरला सोका पै जाएगा तेरा। आ चीजा महापुरखा ने राह दिते। हुण बाणी मैं पढ़ रहे हैं, सिमरन भी कर रहे हैं, अमृत वेला निरंतर गुरु नानक साहब ने 91 तो बख्शिश किया, सत्संग घर घर सिमरन साधना चलती, हुण सिमरन साधना भी चल रही है, बाणी दे पाठ भी हो रहे हैं, नितनेम भी हो रहे हैं, पर दसो जी गलती तो फिर निरंतर हो रही है। चज नहीं सी जीवन जीवन का, चज नहीं सी जीवन जीवन का। एक चज वाले ने चज सिखा दिता को सतनाम, एक चज वाले ने चज सिखा दिता। साहब कहते ने सात जना ते बाहरी से कलिया झूरदियां रहिंदियां ने, कलिया झूरदियां रहिंदियां, सुक जांदा अंदरला, ओ नहीं फिर संगत च बहिंदियां, क्योंकि जो संगत च बहिंदियां फिर अपनियां करदियां, ओ जीव इस्त्रियां अपनियां फिर करदियां। ताई तो साहब कहते ने आ सुनो, कहते जेड़े इस चीज तो उल्ट चलते ने कि मैं सतपुरश को नहीं मानता, मैं महापुरख को नहीं मानता, आ सुनो की कहते साहब। संत का दुखी छुटे अकेला, संत का दुखी छुटे अकेला, से रहन अकेलड़िया, से रहन अकेलड़िया, से रहन अकेलड़िया, संत का दुखी छुटे अकेला, संत का दुखी छुटे अकेला, ज्यों बुआड़ तिल खेत माहे दोहेला, जिमें सड़िया होया तिल का बूटा कल्ला ही झूरी जांदा, सड़िया होया तिल का बूटा। एग्जाम्पल देखो मालक ने की दिती, की दिती, जिहड़ा संत का निंदक है कल्ला ही रहिंदा, कल्ला ही झूरदा रहिंदा, तो एग्जाम्पल उहनूं किहदे नाल मेल कीता। ज्यों पुआड़ तिल खेत माहे दुहेला, पुआड़ तिल खेत माहे दुहेला, मंगर माहे सुहंदिया, हर फिर संग बैठड़िया, मंगर माहे सुहंदिया, हर फिर संग बैठड़िया। खुल के बोलो, बोलो मंगर माहे सोहंदिया, हर फिर संग बैठड़िया, मंगर माहे सोहंदिया, हर फिर संग बैठड़िया। जेड़ियां इकलियां रहिंदियां फिर वो कोई सुख मानणगे, फिर वो सुख मानणगे नहीं। साहब कहिंदे सुनो उहदी गत की हुंदी है, तिन दुख न कबहु तेरे, तिन दुख न कबहु तेरे, से जम के वस पड़िया, से जम के वस पड़िया। आप करना कुछ नहीं ते खाली निंदिया कर करके, कर करके, कर कर सस ईरखा कर करके दूजियां दा बिगाड़ी जाए। बंदा कहिंदे निंदिया करके मैं उहदा विगाड़ देंगा कम, नहीं नहीं साहिब कहिंदे ने उहदा तां कम छड्ड, तू दरअसल निंदिया करके तू अपना कम विगाड़ रहे, अपना कम विगाड़ रहे। ईरखा करके तू कहिंदा उहदा विगाड़ेगा नहीं,
ईरखा करके अपना बिगाड़। आ साहब कह कहते झूरदिया रमा दे वस पमा दे वस। फिर साहब को पूछया कि सचे पातशाह ये तो सगिया दुहागणा ये तो झूरदिया रही। कहते जिन्हों ने अपने पिर मना लिया जिन्होंने पिर की खुशी ले ली। साहब कहते सुनो फिर जिनी रावया प्रभ अपना जिनी रावया प्रभ अपना से ते सन नित खड़िया से कहते उन्हां बारे पुछदे हो जिन्हां ने राव जिन्हां ने मना लिया कहिंदे से दिसण नित खड़ियां से दिसण नित अपने साहिब दी हजूरी च नित खड़ियां रहिंदियां ने अपने साहिब दे पाणे च खड़ियां रहिंदियां ने जिवें साहिब कहिंदे ने उवें तुरदियां रहिंदियां ने। आखो सतनाम जिनी रावया प्रभ अपना सन नित खड़िया से सन नित खड़िया रतन जवे हर लाल रतन जवे हर लाल हर कंठ ते ना जड़िया हर कंठ ते ना जड़िया। फिर रब भी कोई घट नहीं करता कंत भी कोई घट नहीं करता रतन जवे हर लाल रतन जवे हर लाल कहते हर गुण दे नाल हर गुण दे नाल ओ कंत अपनी नार नु शिंगारदा है हर गुण दे नाल हर गुण दे नाल ओ प्रभु अपने सिख नू अपने प्यारे नू शिंगारदा है। एक गुण दिता एक औगुण ले लिया एक गुण दिता एक औगुण ले लिया एक गुण दिता एक औगुण ले लिया गुणा दे नाल परो देंदा परो देंदा परो देंदा हर कंठ ते ना जड़िया हर कंठ ते ना जड़िया नानक पाछे तूड़ तिन नानक पाछे तूड़ तिन प्रभ शरणी दर फड़िया प्रभ शरणी दर पड़िया नानक बाछे तूर तिन नानक बाछे तूर तिन प्रभ शरणी दर पड़िया। साहिब कहिंदे ने मैं उन्हां दी धूड़ी लोचदा मैं उन्हां दी धूड़ी लोचदा प्रभ शरणी दर पड़िया दर पड़िया आ जेड़े दर ते पईयां रहिंदियां ने मैं तेरी आ तेरी है तुम्हें छाड़ कोई अवर ना त्याओ जो वर चाऊ साहब कहते मैं धूड़ी मानदा उन्होंने धूड़ी मस्तक नू लाना उन्होंने जेड़े दर ते पईयां रहिंदियां दर ते पईयां रहिंदियां। फिर साहब की कहते अखीर च की कहते मंगर प्रभ आराधना मंगर प्रभ पौर न जनमणिया पौर न जनमणिया कहते मंगर प्रभ आराधना आराधो भाई आराधो साहब कहते आराधो आ महीना तुहानू मिले आराधो मंगर प्रभ आराधना पौर न जनमणिया कहते फिर नहीं जन्म च आए फिर बार बार आजूना नहीं फिर तक कृपा हो जाएगी। आखो सतना मंगर माहे सोहंदियां हर पीर संग बैठड़ियां मंगर माहे सोहंदियां हर पीर संग बैठड़ियां तिन की शोभा क्या गणी जे साहेब लड़िया तिन की शोभा क्या गणी
की शोभा क्या गणी जे साहेब मेलड़िया तिन की शोभा क्या गणी जे साहेब मेलड़िया जे साहेब मेलड़िया जे साहेब मेलड़िया मंगर वाही हर पीर संग बैठड़िया मंगर माए तो मंदिया हर पीर संग बैठड़िया केवल दो तीन मिनट दे समाप्ति है जी हुण इस पंक्ति नू अरदास रूप च लै हुण तक तां आ पंक्ति एदां लई ना मंगर माहे सुहंदियां हर फिर संग कि सुहागण धन ओ सुहागण धन ओ जीव रूप इस्तरी धन जिन्हों पिर दा संग मिले जिन्हों पिर ने आप अपने कोल थां दिते हुण इहनूं आपां बेनती रूप च रखी मेरा मन करदा और दो तीन मिनट जेड़े बाकी रह गए ना बेनती रूप च रखे सचिया पातशाह अज सुहागणा की गल सुनी अज तेरे गुरमुखा की गल सुनी ओ साइया कृपा कर अज दया कर अज इस दात दे नाल मैनू भी नवाज दे मंगर माहे सुहंदियां मैं भी सोना बन जावा हर पिर संग बैठड़ियां और मैनू बहना आ जाए पातशाह मैं ओ काम करा मेरे कोलो ओ काम होण कि पिर मैनू आप ऐतां बुकल च लै लै प्यार करिया को सतना ऐतां प्यार करे मेरा पिर मैं कितने दूर जावां ते मैनू खिंच खिंच के कोल भावे मैनू प्यार देवे मैनू लाड लडावे मेरे कोल कम भी तां ओहो जिहे होण कि मेरा कम मेरा पिर मेरा साईं मैनू अपने कोल बिठा बिठा प्यार करे ਹੁਣ ਇਹਨੂੰ ਏਦਾਂ ਪੜ੍ਹਨਾ ਜੀ ਆਪਾਂ ਸਾਰੇ ਕਰਿਓ ਜੀ ਕਿਰਪਾ ਕੋਈ ਰਸਨਾ ਵਾਂਝੀ ਨਾ ਰਹੇ ਹੁਣ ਬੇਨਤੀ ਲਾਓ ਮੰਗਰ ਮਾਹੀ ਸੋਹੰਦੀਆਂ ਹਰ ਪੀਰ ਸੰਗ ਬੈਠੜੀਆਂ ਮੰਗਰ ਮਾਹੀ ਸੋਹੰਦੀਆਂ ਹਰ ਪੀਰ ਸੰਗ ਬੈਠੜੀਆਂ ਮੈਨੂੰ ਬਹਿਣਾ ਆ ਜਾ ਮੈਨੂੰ ਆਗਿਆ ਮੰਨਣੀ ਆ ਜਾ ਮੈਨੂੰ ਬੋਲ ਕਮਾਣੇ ਆ ਜਾ ਮੈਨੂੰ ਸਾਈ ਦੀ ਖੁਸ਼ੀ ਲੈਣੀ ਆ ਜਾ ਮੈਨੂੰ ਆ ਜੀਉਣਾ ਆ ਜਾਏ ਆ ਜੀਵਨ ਜਿਹੜਾ ਮਿਲਿਆ ਜੀਣਾ ਜੀਵਨ ਭੋਗ ਕੇ ਨਾ ਜਾਵਾਂ ਆ ਜੀਵਨ ਮਾਣ ਕੇ ਜਾਵਾਂ ਜੀਵਨ ਭੋਗ ਕੇ ਨਾ ਜਾਵਾਂ ਜੀਵਨ ਮਾਣ ਕੇ ਮੇਰੇ ਸਾਈਆਂ ਕਰ ਕਿਰਪਾ ਹਰ ਪਿਰ ਸੰਗ ਬੈਠਣੀਆਂ ਆ ਕਰ ਕਿਰਪਾ ਮੇਰੇ ਤੇ ਵੀ ਕਿਰਪਾ ਕਰ ਮੈਂ ਤੈਨੂੰ ਕਮਾ ਸਕਾਂ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠਣੀਆਂ ਮੰਗਰ ਮਾਹੇ ਹਰ ਪੀਰ ਸੰਗ ਬੈਠੜੀਆਂ ਮੰਗਰ ਮਾਏ ਸੁਹੰਦੀਆਂ ਹਰ ਪੀਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਸਾਹਿਬ ਮੇਲੇ
साहेब मेलड़िया हर पीर संग बैठड़िया मंगर माए सोहंदिया हर पीर संग बैठड़िया। सत श्री अकाल।